ਫਤਿਹ ਇੱਕ ਵਾਰ ਫਿਰ ਸੂਚਨਾ ਦਿੱਤੀ ਜਾਂਦੀ ਹੈ ਕਿ ਗੌਰਮੈਂਟ ਦੇ ਹੁਕਮਾਂ ਅਨੁਸਾਰ ਜੋ ਕਿ ਪੰਚਾਇਤਾਂ ਨੂੰ ਵੀ ਹੁਕਮ ਦਿੱਤੇ ਗਏ ਨੇ ਕਿ ਇਸ ਨਾ ਮੁਰਾਦ ਬਿਮਾਰੀ ਜੋ ਕਿ ਸਾਰੀ ਦੁਨੀਆ ਦੇ ਵਿੱਚ ਬੜੀ ਜ਼ੋਰ ਸ਼ੋਰ ਦੇ ਨਾਲ ਫੈਲੀ ਹੋਈ ਹੈ, ਉਸ ਦੀ ਰੋਕਥਾਮ ਕਰਨ ਦੇ ਲਈ ਇੱਕੋ ਇੱਕ ਚਾਰਾ ਹੈ, ਕਿਉਂਕਿ ਇਸ ਬਿਮਾਰੀ ਦਾ ਕੋਈ ਇਲਾਜ ਨਹੀਂ ਹੈ। ਇੱਕੋ ਇੱਕ ਚਾਰਾ ਇਹ ਹੈ ਕਿ ਆਪ ਇਸ ਤੋਂ ਬਚ ਕੇ ਰਹੋ ਔਰ ਆਪਣੇ ਅੰਦਰੀ ਘਰਾਂ ਦੇ ਵਿੱਚ ਹੀ ਰਹੋ। ਇਹ ਵਾਰ ਵਾਰ ਟੀ ਵੀ ਵਾਲੇ ਔਰ ਹਰ ਚੈਨਲ ਔਰ ਗੌਰਮੈਂਟ ਦੇ ਵੀ ਆਪਣੇ ਬੰਦੇ ਇਹ ਵਾਰ ਵਾਰ ਚੇਤਾਵਨੀ ਦੇ ਰਹੇ ਨੇ ਕਿ ਇਸ ਬਿਮਾਰੀ ਤੋਂ ਬਚੋ, ਆਪਣੇ ਘਰਾਂ ਦੇ ਅੰਦਰ ਹੀ ਰਹੋ, ਕਿਉਂਕਿ ਗੌਰਮੈਂਟ ਇਹ ਕੋਈ ਆਪਣੇ ਇਹੋ ਜਿਹੀ ਨਹੀਂ ਹੈਗੀ ਗੱਲ ਕਿ ਛੋਟੀ ਮੋਟੀ ਹੈ, ਬਿਮਾਰੀ ਬਹੁਤ ਵੱਡੀ ਆ ਸਾਰੇ ਵਰਲਡ ਦੇ ਵਿੱਚ ਹੈ ਔਰ ਹੁਣ ਹੋਰ ਸਖਤੀ ਕਰ ਦਿੱਤੀ ਹੈ ਕਿ ਪਿੰਡ ਪਿੰਡ ਹਰ ਪਿੰਡ ਪਹਿਰੇ ਲੱਗ ਚੁੱਕੇ ਨੇ ਔਰ ਜੇ ਅਗਰ ਕੋਈ ਬੰਦਾ ਅਸੀਂ ਦੇਖਦੇ ਹਾਂ ਕਿ ਲਾਪਰਵਾਹੀ ਬਹੁਤ ਕਰਦੇ ਆ ਘਰਾਂ ਤੋਂ ਬਾਹਰ, ਲੋਕ ਖੜ੍ਹੇ ਰਹਿੰਦੇ ਆ, ਬੀਆਂ ਦੇ ਵਿੱਚ ਖੜ੍ਹੇ ਰਹਿੰਦੇ ਆ, ਨੌਜਵਾਨ ਖੜ੍ਹੇ ਰਹਿੰਦੇ ਆ ਔਰ ਇਹਨਾਂ ਨੂੰ ਰੋਕਣ ਦੇ ਲਈ ਗੌਰਮੈਂਟ ਨੇ ਪਿੰਡ ਪਿੰਡ ਦੇ ਵਿੱਚ ਪਹਿਰੇ ਲਗਾ ਦਿੱਤੇ ਹਨ ਔਰ ਉਹਨਾਂ ਨੂੰ ਇਹ ਕਿਹਾ ਗਿਆ ਹੈ ਕਿ ਭਾਈ ਤੁਸੀਂ ਅੰਦਰ ਇੱਕ ਵਾਰੀ ਸਮਝਾਉਣਗੇ, ਅਗਰ ਉਹ ਨਹੀਂ ਆਪਣੇ ਨੌਜਵਾਨ ਸਮਝਿਆ ਜਾਂ ਕੋਈ ਬੀਬੀ ਭੈਣ ਨਹੀਂ ਸਮਝੀ ਨਾ ਗੱਲ ਨਹੀਂ ਮੰਨੀ ਤਾਂ ਉਹ ਉਹਨਾਂ ਦੇ ਪਾਸ ਕਾਪੀ ਹੈ, ਉਸਦਾ ਨਾਂ ਲਿਖਿਆ ਜਾਏਗਾ ਔਰ ਜਦੋਂ ਕੱਲ੍ਹ ਨੂੰ ਪੁਲਿਸ ਵਾਲਾ ਆਏਗਾ ਉਹ ਇਹਨਾਂ ਤੋਂ ਆਪਣੀ ਰਿਪੋਰਟ ਮੰਗੇਗਾ ਤਾਂ ਫਿਰ ਪਿੰਡ ਦੀ ਰਿਪੋਰਟ ਜੋ ਵੀ ਹੋਏਗਾ ਉਹਨਾਂ ਨੂੰ ਆਪਣੇ ਦਿੱਤੀ ਜਾਏਗੀ। ਉਹ ਚਾਹੇ ਉਹਨਾਂ ਨੂੰ ਵਾਰਨਿੰਗ ਦੇ ਕੇ ਛੱਡ ਦੇਣ, ਚਾਹੇ ਉਹਨਾਂ ਨੂੰ ਕੋਈ ਸਜ਼ਾ ਦੇ ਕੇ ਛੱਡਣ। ਇਸ ਲਈ ਸਾਰੇ ਪਿੰਡ ਵਾਸੀਆਂ ਨੂੰ ਔਰ ਭੈਣਾਂ ਨੂੰ ਬੀਬੀਆਂ ਨੂੰ ਨੌਜਵਾਨਾਂ ਨੂੰ ਅੱਗੇ ਬੇਨਤੀ ਹੈ ਕਿ ਇਸ ਗੱਲ ਦੇ ਉੱਤੇ ਇਸ ਹੁਕਮ ਦੇ ਉੱਤੇ ਅਮਲ ਕਰੋ, ਕਿਉਂਕਿ ਇਸ ਹੀ ਇੱਕੋ ਇੱਕ ਹੱਲ ਹੈ ਇਸ ਬਿਮਾਰੀ ਤੋਂ ਬਚਣ ਦਾ, ਅੰਦਰ ਲੋਕਡਾਊਨ ਹੋ ਜਾਓ। ਵਾਰ ਵਾਰ ਸਾਰੀ ਦੁਨੀਆ ਦੇ ਵਿੱਚ ਇਹੀ ਆਪਣੇ ਵਾਰ ਵਾਰ ਇਸ ਤੋਂ ਬਚਾਉਣ ਦੇ ਲਈ ਆਪਣੇ ਕਹਿ ਰਹੇ ਨੇ ਕਿ ਆਪਣੇ ਘਰਾਂ ਦੇ ਵਿੱਚ ਰਹੋ, ਪਰ ਇਹ ਸਖਤੀ ਵਾਰ ਵਾਰ ਕਿਉਂ ਕੀਤੀ ਜਾ ਰਹੀ ਹੈ ਗੌਰਮੈਂਟ ਵੱਲੋਂ? ਕਿਉਂਕਿ ਅਸੀਂ ਲਾਪਰਵਾਹ ਬਹੁਤ ਹੈ, ਸਾਡੇ ਲੋਕ ਪਿੰਡਾਂ ਦੇ ਵਿੱਚ ਵੀ ਹਰ ਸ਼ਹਿਰਾਂ ਦੇ ਵਿੱਚ ਵੀ ਪਿੰਡਾਂ ਦੇ ਵਿੱਚ ਖਾਸ ਕਰਕੇ ਅਸੀਂ ਦੇਖਦੇ ਹਾਂ ਕਿ ਗਲੀਆਂ ਦੇ ਵਿੱਚ ਘਰਾਂ ਤੋਂ ਬਾਹਰ ਨੌਜਵਾਨ ਮੁੰਡੇ ਜਾਂ ਆਮ ਵੈਸੇ ਬਿਨਾਂ ਵਜ੍ਹਾ ਤੋਂ ਵੀ ਸਿਆਣੇ ਬੰਦੇ ਵੀ ਘੁੰਮਦੇ ਰਹਿੰਦੇ ਨੇ ਔਰ ਉਹਨਾਂ ਨੂੰ ਸਿਰਫ ਗੌਰਮੈਂਟ ਵੱਲੋਂ ਇਸੇ ਕਰਕੇ ਆਪਣੇ ਟੀਕਰੀ ਪਹਿਰੇ ਲੱਗੇ ਆ ਕਿ ਉਹਨਾਂ ਨੂੰ ਅੰਦਰੀ ਆਪਣੇ ਉਰੇਟ ਉਹਨਾਂ ਨੂੰ ਸਮਝਾਇਆ ਜਾਵੇ, ਉਹਨਾਂ ਨੂੰ ਦੱਸਿਆ ਜਾਵੇ। ਅਗਰ ਉਹ ਮੰਨਦੇ ਆ ਤਾਂ ਬਹੁਤ ਵਧੀਆ, ਨਹੀਂ ਤਾਂ ਰਿਪੋਰਟ ਜਿਹੜੀ ਆ ਉਹ ਪਹਿਰੇਦਾਰ ਉਹਦੀ ਆਪਣੇ ਨਾਂ ਲਿਖਿਆ ਜਾਏਗਾ। ਇਸ ਲਈ ਬੇਨਤੀ ਹੈ ਕਿ ਵਾਰ ਵਾਰ ਹੁਣ ਬਿਲਕੁਲ, ਕਿਉਂਕਿ ਮੈਂ ਹੁਣ ਹੀ ਆਪਣੇ ਦੇਖ ਰਿਹਾ ਆ ਸਾਡੀ ਬੀਹੀ ਦੇ ਵਿੱਚ ਤਿੰਨ ਚਾਰ ਆਪਣੇ ਮੁੰਡੇ ਖੜ੍ਹੇ ਆ ਬਿਨਾਂ ਵਜ੍ਹਾ ਤੋਂ। ਇਸ ਲਈ ਸਾਰੇ ਪਿੰਡ 'ਚ ਹੀ ਆ, ਕੋਈ ਇਕੱਲੇ ਨਹੀਂ ਹੈ, ਹੋਰ ਵੀ ਬਹੁਤ ਹੈ। ਇਸ ਲਈ ਤੁਸੀਂ ਤੁਹਾਡੀ ਅੱਗੇ ਬੇਨਤੀ ਹੈ ਕਿ ਚੁੱਪ ਕਰਕੇ ਅੰਦਰ ਹੀ ਰਹੋ ਤਾਂ ਕਿ ਕਿਸੇ ਪਹਿਰੇਦਾਰ ਨੂੰ ਇਹ ਮੌਕਾ ਨਾ ਮਿਲੇ। ਇਸ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਰੇ ਫਤਿਹ। ਵਾਰ ਵਾਰ ਪਜੀਰੇ ਕਿ ਅੰਦਰ ਹੀ ਰਹੋ।